ਤੇ ਭੁੱਖ ਮਾਰ ਹੋ ਗਏ। ਚਲਦੇ ਹਾਰਦੇ ਹਾਰਦੇ ਜਿੱਤ ਗਏ। ਔਰ ਤੁਸੀਂ ਇੱਕ ਹੋਰ ਕਮਾਲ ਦੇਖੋ, ਬਿੱਟੂ ਜੀ, ਰਵਨੀਤ ਬਿੱਟੂ ਜੀ, ਮਤਲਬ ਇੱਥੋਂ ਹਾਰ ਗਏ, ਉੱਥੇ ਉਹਨਾਂ ਨੂੰ ਇੰਡਸਟਰੀ ਮਿਲ ਗਈ। ਮੇਰੀ ਜਿਹੜੀ ਆਲਰੇਡੀ ਮੇਰੇ ਸਰਟੀਫਿਕੇਟ ਜਿਹੜੇ ਗੁਆਚੇ ਸੀਗੇ ਉਹ ਇੰਟਰਵਿਊ 'ਤੇ ਹੀ ਚੱਲਿਆ ਸੀ। ਮੇਰੀ ਜਿਹੜੀ ਇੰਟਰਵਿਊ ਸੀਗੀ ਉਦੋਂ ਡਿਸਟ੍ਰਿਕਟ ਜਿਹੜਾ ਜਿਹੜੇ ਸਪੋਰਟਸ ਆਫਿਸਰ ਦੀ ਜਿਹੜੀ ਨਾ ਉਹਦੇ ਵਾਸਤੇ ਚੱਲੇ ਸੀ, ਕਿਉਂਕਿ ਮੈਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਸੀ, ਉਸ ਤੋਂ ਬਾਅਦ ਡਿਪਲੋਮਾ ਕੀਤਾ ਜੂਡੋ ਦਾ, ਤਾਂ ਮੇਰੇ ਨੰਬਰ ਅੱਛੇ ਸੀ ਅਤੇ ਮੈਂ ਜਦੋਂ ਮੈਂ ਵੀ ਜਿਹੜੀ ਉਹ ਇੰਟਰਵਿਊ ਜਾਊਂਗਾ ਮੇਰਾ ਕੰਮ ਬਣ ਜਾਣਾ। ਤਾਂ ਉਹ ਪਰ ਰਸਤੇ ਵਿੱਚ ਉਸ ਮੋਟਰਸਾਈਕਲ ਖਰਾਬ ਹੋ ਗਿਆ। ਮੈਂ ਕਿਹਾ ਬਾਈ ਇਹ ਮਾਲਕ ਦੀ ਮਰਜ਼ੀ ਨਹੀਂ, ਮੈਂ ਕਿਹਾ ਹੁਣ ਪਿੱਛੇ ਘਰ ਮੁੜ ਜਾ ਸੋਹਣੀਆਂ ਨੇ, ਇੱਥੇ ਕੋਈ ਨਾ ਤੇਰਾ ਦਰਦ ਨਹੀਂ, ਮੈਨੂੰ ਪਾਰ ਲੰਘਾ ਦੇ ਘੜਿਆ, ਮੇਰੇ ਤਾਂ ਤੇਰੀਆਂ ਕਰਦੇ। ਪਰ ਮੇਰੇ ਕੋਈ ਕਾਲਜ ਦਾ ਕੋਈ ਪ੍ਰੋਗਰਾਮ ਆ ਜਾਵੇ, ਯੂਨੀਵਰਸਿਟੀ ਦਾ ਪ੍ਰੋਗਰਾਮ ਆ ਜਾਵੇ, ਮੇਰੇ ਅੰਦਰ ਉਹੀ ਸਟੂਡੈਂਟ ਯਾਦ ਆ ਜਾਂਦਾ ਕਿ ਯਾਰ ਅਸੀਂ ਜਦੋਂ ਕੋਈ ਕਿਸੇ ਨੂੰ ਕਹਿੰਦੇ ਹੁੰਦੇ ਸੀ ਵੀ ਯਾਰ ਪ੍ਰੋਗਰਾਮ ਕਿਸੇ ਦਾ ਹੋਵੇ, ਆਰਟਿਸਟ ਫਲਾਨਾ ਬੁਲਾਈਏ, ਤਾਂ ਅਸੀਂ ਚੰਦਾ ਇਕੱਠਾ ਕਰਨ ਲੱਗ ਪੈਂਦੇ ਸੀ। ਮੈਂ ਕਿਹਾ ਇਹਨਾਂ ਦੀਆਂ ਵੀ ਮੁਸ਼ਕਲਾਤਾਂ ਹੁੰਦੀਆਂ, ਤਾਂ ਉਸ ਤਰ੍ਹਾਂ ਦੀ ਹੀ ਅਸੀਂ, ਮੈਂ ਕਿਹਾ ਯਾਰ ਇਹਨਾਂ ਨੂੰ ਪਹਿਲ ਦਿਆ ਕਰੋ, ਪ੍ਰਿਓਰਿਟੀ ਉਹ ਰੱਖਿਆ। ਤਾਂ ਉੱਥੇ ਜਦੋਂ ਮੈਂ ਗਿਆ ਅਤੇ ਮੈਂ ਤਾਂ ਨਮਸਕਾਰ ਕਰਨੀ ਸੀ ਪਹਿਲਾਂ ਸਟੇਜ ਆਪਣਾ ਗਰਾਊਂਡ ਨੂੰ, ਸਟੇਡੀਅਮ ਨੂੰ, ਮੈਂ ਉੱਥੋਂ ਹੀ ਸ਼ੁਰੂ ਕੀਤਾ। ਮੈਂ ਭੱਜਿਆ, ਸਾਰੀ ਆਡੀਅੰਸ ਮਤਲਬ ਬੈਠੀ ਸੀ, ਸਾਰਿਆਂ ਨੂੰ ਵੇਵ ਕਰਦੇ ਹੋਏ ਮੈਂ ਜਾ ਕੇ ਫਿਰ ਸਟੇਜ 'ਤੇ ਜਾ ਕੇ ਖੜਿਆ। ਰੰਗ ਬਿਰੰਗੀਆਂ ਅੱਖਾਂ, ਮੇਲਾ ਅੱਖ ਮਟੱਕੇ ਦਾ, ਜਾਂ ਮੇਲਾ ਫਿਰ ਜਾਂ ਮੇਲਾ ਤੁਰ ਫਿਰ ਕੇ ਜਾਂ ਫਿਰ ਟਾਂਗੇ ਯੱਕੇ ਦਾ, ਘੋੜੀ ਬਲਦ ਸ਼ਿੰਗਾਰੀ ਬੋਤੀ, ਇੱਥੇ ਕੰਮ ਨਹੀਂ ਕਾਰਾਂ ਦਾ, ਮੇਲਣ ਬਣ ਕੇ ਮੇਲਣੇ ਮੇਲਾ ਯਾਰਾਂ। ਅਤੇ ਮੈਂ ਜਿਹੜੀ ਚੀਜ਼ ਭਾਰੀ ਸੀਗੀ ਸਭ ਤੋਂ ਉਹੀ ਚੱਕੀ ਆਪਣੇ ਮੋਢੇ 'ਤੇ, ਅਤੇ ਉਦੋਂ ਗੀਤ ਆਇਆ ਸੀ ਨਵਾਂ ਨਵਾਂ, ਆਪਣਾ ਪੰਜਾਬ ਹੋਵੇ। ਸੋ ਮੈਂ ਉਹਨੂੰ ਮੋਢੇ 'ਤੇ ਚੱਕ ਕੇ, ਬਾਦਲ ਸਾਹਿਬ ਹੋਏ ਸਾਰੇ, ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ ਮੌਜੂਦ ਸੀਗੇ, ਤਾਂ ਉਹਨਾਂ ਦੇ ਸਾਰੇ ਸਟੇਡੀਅਮ ਨੇ ਉਹ ਚੀਜ਼ ਦੇਖੀ। ਉਹਦੇ 'ਚ ਵੀ ਮੈਂ ਪੂਰਾ ਗੇੜਾ ਕੱਢਿਆ, ਹਾਂਜੀ ਪੂਰਾ ਗੇੜਾ ਹਲ 'ਤੇ ਚੱਕ ਕੇ ਇਹਨੇ 'ਚ ਪੂਰਾ ਗੀਤ ਖਤਮ ਹੋ ਗਿਆ। ਸ਼ੇਰੇ ਪੰਜਾਬ T20 ਕੱਪ PCA ਮੋਹਾਲੀ ਵਿੱਚ ਕ੍ਰਿਕਟ ਦਾ ਫੀਵਰ ਸ਼ੁਰੂ ਹੋ ਚੁੱਕਿਆ। ਵੈਸੇ ਤਾਂ ਅਮੈਰੀਕਾ 'ਚ ਵੀ ਕ੍ਰਿਕਟ ਦਾ ਫੀਵਰ ਹੈ, ਵਰਲਡ ਕੱਪ ਹੈ, ਲੇਕਿਨ ਅੱਜ ਇੱਕ ਖਾਸ ਸ਼ਖਸੀਅਤ ਪਹੁੰਚੇ ਨੇ PCA ਮੋਹਾਲੀ ਵਿੱਚ ਪਰਫਾਰਮ ਕਰਨ। ਉਹਨਾਂ ਨੇ ਦੁਨੀਆ ਭਰ ਦੀ ਸਟੇਜਾਂ 'ਤੇ ਪਰਫਾਰਮ ਕੀਤਾ, ਲੇਕਿਨ ਜਦੋਂ ਸਪੋਰਟਸ ਦੀ ਗੱਲ ਆਵੇ ਜਾਂ ਕਿਸੇ ਸਟੇਡੀਅਮ ਦੀ ਗੱਲ ਆਵੇ ਤਾਂ ਉਹ ਸ਼ਖਸ ਦੇ ਅੰਦਰ ਇੱਕ ਸਪੋਰਟਸਮੈਨ ਵੀ ਹੁੰਦਾ। ਜੀ ਹਾਂ, ਮੇਰੀ ਮੁਰਾਦ ਨੇ ਲਿਵਿੰਗ ਲੈਜੈਂਡ ਗੁਰਦਾਸ ਮਾਨ ਸਾਹਿਬ। ਮਾਨ ਸਾਹਿਬ ਸਵਾਗਤ ਹੈ, ਬਹੁਤ ਬਹੁਤ ਥੈਂਕ ਯੂ ਅਮੇਸ਼ ਜੀ, ਬਹੁਤ ਬਹੁਤ ਮਿਹਰਬਾਨੀ। ਨਿਊਜ਼ 18 ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਔਰ ਕ੍ਰਿਕਟ ਦੇ ਆਸ਼ਕਾਂ ਉਪਾਸ਼ਕਾਂ ਨੂੰ ਵੀ ਮੇਰੀ ਬਹੁਤ ਬਹੁਤ ਦੁਆ ਸਲਾਮ। ਜਿਹੜੇ ਅੱਜ ਖਿਡਾਰੀ ਇਸ ਜਗ੍ਹਾ 'ਤੇ ਬਿਰਾਜਮਾਨ ਨੇ, ਸ਼ੇਰੇ ਪੰਜਾਬ T20 ਜਿਹੜੇ ਖੇਡਣ ਆਏ ਨੇ, ਉਹਨਾਂ ਖਿਡਾਰੀਆਂ ਦੇ ਵੀ ਦਰਸ਼ਨ ਹੋਣਗੇ, ਕਿਉਂਕਿ ਉਹਨੇ ਇਹ ਦਰਸ਼ਨੀ ਚੀਜ਼ਾਂ ਜਿਹੜੀਆਂ ਐਵੇਂ ਪੈਦਾ ਨਹੀਂ ਹੋ ਸਕਦੀਆਂ, ਜਿਨ੍ਹਾਂ ਦੇ ਪਿੱਛੇ ਮਿਹਨਤ, ਦਿਨ ਰਾਤ ਦੀ ਮਿਹਨਤ, ਮੁਸ਼ਕਤ ਜਿਨ੍ਹਾਂ ਦੇ ਅੰਦਰ ਹੋਊਗੀ, ਜਿਨ੍ਹਾਂ ਦੇ ਅੰਦਰ ਲਗਨ ਔਰ ਜਜ਼ਬਾ, ਉਹਦੇ ਤੋਂ ਬਿਨਾਂ ਇੱਥੋਂ ਇਸ ਮੁਕਾਮ ਤੱਕ ਪਹੁੰਚ ਨਹੀਂ ਸਕਦਾ ਕੋਈ। ਮਾਨ ਸਾਹਿਬ ਜਦੋਂ ਆਇਆ ਨਾ ਕਿ ਸ਼ੇਰੇ ਪੰਜਾਬ ਪਰਫਾਰਮ ਕਰਨਾ, ਮੈਨੂੰ ਲੱਗਦਾ ਤੁਸੀਂ ਕਹਿ ਤੋਣਾ ਬਰਮਨ ਬੋਏ ਚੱਲੀਏ, ਬਸ ਤਿਆਰੀ ਕਰ ਲਓ, ਹੈ ਨਾ, ਸਪੋਰਟਸ ਦੇ ਨਾਲ ਤੁਹਾਡਾ ਲਗਾਅ ਵੀ ਬਹੁਤ ਜੁੜਿਆ ਹੋਇਆ। ਮਤਲਬ ਮੇਰੇ ਕੋਈ ਕਾਲਜ ਦਾ ਕੋਈ ਪ੍ਰੋਗਰਾਮ ਆ ਜਾਵੇ, ਯੂਨੀਵਰਸਿਟੀ ਦਾ ਪ੍ਰੋਗਰਾਮ ਆ ਜਾਵੇ, ਮੇਰੇ ਅੰਦਰ ਉਹੀ ਸਟੂਡੈਂਟ ਯਾਦ ਆ ਜਾਂਦਾ ਕਿ ਯਾਰ ਅਸੀਂ ਜਦੋਂ ਕੋਈ ਕਿਸੇ ਨੂੰ ਕਹਿੰਦੇ ਹੁੰਦੇ ਸੀ ਵੀ ਯਾਰ ਪ੍ਰੋਗਰਾਮ ਕਿਸੇ ਦਾ ਹੋਵੇ, ਆਰਟਿਸਟ ਫਲਾਨਾ ਬੁਲਾਈਏ, ਤਾਂ ਅਸੀਂ ਚੰਦਾ ਇਕੱਠਾ ਕਰਨ ਲੱਗ ਪੈਂਦੇ ਸੀ। ਮੈਂ ਕਿਹਾ ਇਹਨਾਂ ਦੀਆਂ ਵੀ ਮੁਸ਼ਕਲਾਤਾਂ ਹੁੰਦੀਆਂ, ਤਾਂ ਉਸ ਤਰ੍ਹਾਂ ਦੀ ਹੀ ਅਸੀਂ, ਮੈਂ ਕਿਹਾ ਯਾਰ ਇਹਨਾਂ ਨੂੰ ਪਹਿਲ ਦਿਆ ਕਰੋ, ਪ੍ਰਾਇਓਰਟੀ ਉਹ ਰੱਖਿਆ ਕਰੋ, ਕਿਉਂਕਿ ਯੂਥ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ। ਬਿਲਕੁਲ ਮਾਨ ਸਾਹਿਬ, ਇੰਨਾ ਤੁਸੀਂ ਦੁਨੀਆ ਭਰ 'ਚ ਪਰਫਾਰਮ ਕੀਤਾ, ਬੜੇ ਬੜੇ ਅਖਾੜੇ ਵੀ ਲਾਏ, ਸਟੇਡੀਅਮਾਂ 'ਚ ਵੀ ਗਏ ਹੋਣੇ,
ਆਪਣੇ ਅੰਦਰ ਦਾ ਸਪੋਰਟਸਮੈਨ ਕਦੇ ਜਾਗਿਆ, ਕੋਈ ਇਹੋ ਜਿਹੀ ਯਾਦ ਸਾਂਝੀ ਕਰੋਗੇ ਵੀ ਜਦੋਂ ਦੇਖਿਆ ਤੁਸੀਂ ਗਰਾਊਂਡ ਚਲੇ ਗਏ ਤੇ ਮਾਨ ਸਾਹਿਬ ਇੱਕ ਸਪੋਰਟਸ ਪਰਸਨ ਬਣ ਗਏ ਹੁਣ? ਕਬੱਡੀ ਇੰਡੋ ਪਾਕ ਸੋਰੀ ਇੰਡੋ ਕੈਨੇਡੀਆ ਮਤਲਬ, ਤਾਂ ਉੱਥੇ ਜਦੋਂ ਮੈਂ ਗਿਆ ਤੇ ਮੈਂ ਤਾਂ ਨਮਸਕਾਰ ਕਰਨੀ ਸੀ ਪਹਿਲਾਂ ਆਪਣਾ ਗਰਾਊਂਡ ਨੂੰ ਸਟੇਡੀਅਮ ਨੂੰ, ਮੈਂ ਉੱਥੋਂ ਹੀ ਸ਼ੁਰੂ ਕੀਤਾ। ਮੈਂ ਭੱਜਿਆ, ਸਾਰੀ ਆਡੀਅੰਸ ਮਤਲਬ ਬੈਠੀ ਸੀ ਸਾਰਿਆਂ ਨੂੰ ਵੇਵ ਕਰਦੇ ਹੋਏ, ਮੈਂ ਜਾ ਕੇ ਫਿਰ ਸਟੇਜ 'ਤੇ ਜਾ ਕੇ ਚੜਿਆ ਔਰ ਫਿਰ ਜੋ ਸਟੇਜ 'ਤੇ ਚੜ੍ਹ ਕੇ ਗਾਉਣ ਦਾ ਆਨੰਦ ਆਇਆ ਫਿਰ ਉਹ ਅਲੱਗ ਹੀ ਸੀ ਬਾਬਾ। ਫਿਰ ਉਹ ਇਹ ਸੀਗਾ ਕਿ ਮਤਲਬ ਰੰਗ ਬਿਰੰਗੀਆਂ ਅੱਖਾਂ, ਮੇਲਾ ਅੱਖ ਮਟੱਕੇ ਦਾ, ਜਾਂ ਮੇਲਾ ਫਿਰ ਜਾਂ ਮੇਲਾ ਤੁਰ ਫਿਰ ਕੇ ਜਾਂ ਫਿਰ ਟਾਂਗੇ ਯੱਕੇ ਦਾ, ਘੋੜੀ ਬਲਦ ਸ਼ਿੰਗਾਰੀ ਬੋਤੀ, ਇੱਥੇ ਕੰਮ ਨਹੀਂ ਕਾਰਾਂ ਦਾ, ਮੇਲਣ ਬਣ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ, ਇਹ ਮੇਲਾ ਯਾਰਾਂ ਦਾ ਜਦੋਂ ਵੇਖਣ ਆਉਂਦੇ ਤਾਂ ਫਿਰ ਆਪ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ, ਫਿਰ ਸਾਰਾ ਪਿੰਡ ਮਿੱਤਰਾਂ ਦਾ ਨਜ਼ਰ ਆਉਂਦਾ ਜੀ। ਮੈਨੂੰ ਤਾਂ ਹਲ ਵੀ ਚੱਕੇ ਸ਼ਾਇਦ ਤੁਸੀਂ? ਹਾਂ, ਹਲ ਬਾਬਾ ਫਰੀਦ ਸਾਹਿਬ ਦੇ ਸਟੇਡੀਅਮ ਦੇ ਵਿੱਚ ਮਤਲਬ ਹਲ ਰੱਖਿਆ ਹੋਇਆ ਸੀਗਾ, ਕਿਤੇ ਕੁਛ ਰੱਖਿਆ ਹੋਇਆ ਸੀ, ਕਿਤੇ ਔਜ਼ਾਰ ਰੱਖੇ ਹੋਏ ਸੀ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਸੀ, ਅਤੇ ਮੈਂ ਜਿਹੜੀ ਚੀਜ਼ ਭਾਰੀ ਸੀਗੀ ਸਭ ਤੋਂ ਉਹੀ ਚੱਕੀ ਆਪਣੇ ਮੋਢੇ 'ਤੇ, ਅਤੇ ਉਦੋਂ ਗੀਤ ਆਇਆ ਸੀ ਨਵਾਂ ਨਵਾਂ ਆਪਣਾ ਪੰਜਾਬ ਹੋਵੇ, ਸੋ ਮੈਂ ਉਹਨੂੰ ਮੋਢੇ 'ਤੇ ਚੱਕ ਕੇ ਬਾਦਲ ਸਾਹਿਬ ਸਾਰੇ, ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ ਮੌਜੂਦ ਸੀਗੇ, ਤਾਂ ਉਹਨਾਂ ਦੇ ਸਾਰੇ ਸਟੇਡੀਅਮ ਨੇ ਉਹ ਚੀਜ਼ ਦੇਖੀ, ਉਹਦੇ 'ਚ ਵੀ ਮੈਂ ਪੂਰਾ ਗੇੜਾ ਕੱਢਿਆ। ਹਾਂਜੀ, ਪੂਰਾ ਗੇੜਾ ਹਲ 'ਤੇ ਚੱਕ ਕੇ ਇਹਨੇ 'ਚ ਪੂਰਾ ਗੀਤ ਖਤਮ ਹੋ ਗਿਆ। ਮਤਲਬ ਜੇ ਮੈਂ ਕਹਾਂ ਕਿ ਮਾਨ ਸਾਹਿਬ ਤੁਸੀਂ ਅੱਜ, ਵੈਸੇ ਤਾਂ ਸਾਡੀ ਕਿਸਮਤ ਹੈ ਕਿ ਇੰਨਾ ਮਾਨ ਤੁਸੀਂ ਪੂਰੇ ਪੰਜਾਬ ਨੂੰ ਭਰ ਦਿੱਤਾ, ਜੇ ਸਿੰਗਰ ਨਾ ਹੁੰਦੇ ਤਾਂ ਸਪੋਰਟਸ ਪਰਸਨ ਤਾਂ ਪੱਕਾ ਲੱਗਦਾ ਮੈਨੂੰ ਮੇਰੇ। ਹਾਂਜੀ ਹਾਂ, ਮੇਰੀ ਜਿਹੜੀ ਆਲਰੇਡੀ ਮੇਰੇ ਸਰਟੀਫਿਕੇਟ ਜਿਹੜੇ ਗੁਆਚੇ ਸੀਗੇ ਉਹ ਇੰਟਰਵਿਊ 'ਤੇ ਹੀ ਚੱਲਿਆ ਸੀ ਮੈਂ, ਮੇਰੀ ਜਿਹੜੀ ਇੰਟਰਵਿਊ ਸੀਗੀ ਉਦੋਂ ਡਿਸਟ੍ਰਿਕਟ ਜਿਹੜਾ ਜਿਹੜੇ ਸਪੋਰਟਸ ਆਫਿਸਰ ਦੀ ਜਿਹੜੀ ਨਾ ਉਹਦੇ ਵਾਸਤੇ ਚੱਲੇ ਸੀ ਮੈਂ, ਕਿਉਂਕਿ ਮੈਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਸੀ, ਉਸ ਤੋਂ ਬਾਅਦ ਡਿਪਲੋਮਾ ਕੀਤਾ ਜੂਡੋ ਦਾ, ਤਾਂ ਮੇਰੇ ਨੰਬਰ ਅੱਛੇ ਸੀਗੇ, ਅਤੇ ਮੈਂ ਜਦੋਂ ਮੈਂ ਵੀ ਜਿਹੜੀ ਉਹ ਇੰਟਰਵਿਊ ਜਾਊਂਗਾ ਮੇਰਾ ਕੰਮ ਬਣ ਜਾਣਾ, ਤਾਂ ਉਹ ਪਰ ਰਸਤੇ ਵਿੱਚ ਉਸ ਮੋਟਰਸਾਈਕਲ ਖਰਾਬ ਹੋ ਗਿਆ, ਮੈਂ ਕਿਹਾ ਬਾਈ ਇਹ ਮਾਲਕ ਦੀ ਮਰਜ਼ੀ ਨੇ, ਅਤੇ ਮੈਂ ਕਿਹਾ ਹੁਣ ਪਿੱਛੇ ਘਰ ਮੁੜ ਜਾ ਸੋਹਣੀਆਂ ਨੇ, ਇੱਥੇ ਕੋਈ ਨਾ ਤੇਰਾ ਦਰਦ ਨਹੀਂ, ਮੈਨੂੰ ਪਾਰ ਲੰਘਾ ਦੇਵੇ ਘੜੇ ਮਿਹਨਤ ਤੇਰੀਆਂ ਕਰਦੀ। ਉਹ ਮਾਲਕ ਨੇ ਇੱਕ ਰਾਹ ਬੰਦ ਕਰਨਾ ਸੀ, ਦੂਜਾ ਤਾਂ ਖੋਲਣਾ ਹੀ ਸੀ ਨਾ ਜੀ ਉਹਨਾਂ, ਇਹ ਕਿਸੇ ਨੂੰ ਨਹੀਂ ਪਤਾ ਸੀਗਾ, ਬਸ ਇਹ ਅੰਦਰ ਦੀ ਆਵਾਜ਼ ਨੇ ਕਿਹਾ ਕਿ ਮਾਲਕ ਨੂੰ ਮਨਜ਼ੂਰ ਨਹੀਂ ਹੈ ਅਤੇ ਚੱਲ ਘਰ ਚੱਲੇ। ਮਾਨ ਸਾਹਿਬ, ਵਰਲਡ ਕੱਪ ਦਾ ਲਾਸਟ ਸਵਾਲ ਹੈ, ਇੰਡੀਆ ਜਿੱਤ ਗਿਆ ਪਾਕਿਸਤਾਨ ਤੋਂ, ਰਾਤ ਦੇਖੋ ਕਮਾਲ ਹੋ ਗਈ, ਚੱਲਦੇ ਹਾਰਦੇ ਹਾਰਦੇ ਜਿੱਤ ਗਏ ਜੀ, ਔਰ ਤੁਸੀਂ ਇੱਕ ਹੋਰ ਕਮਾਲ ਦੇਖੋ, ਬਿੱਟੂ ਜੀ ਰਵਨੀਤ ਬਿੱਟੂ ਜੀ ਮਤਲਬ ਇੱਥੋਂ ਹਾਰ ਗਏ, ਉੱਥੇ ਉਹਨਾਂ ਨੂੰ ਇੰਡਸਟਰੀ ਮਿਲ ਗਈ, ਇਹ ਕੁਦਰਤ ਮਤਲਬ ਕੁਦਰਤ ਹੈ ਕਿ ਹਾਰਿਆ ਆਪਣੇ ਆਪ ਨੂੰ ਕਦੇ ਸਮਝੋ ਹੀ ਨਾ, ਇਹ ਕੁਦਰਤ ਦੱਸਦੀ ਹੈ ਕਿ ਆਪਣੇ ਆਪ ਨੂੰ ਕਦੇ ਵੀ ਇਹ ਨਾ ਨਿਰਾਸ਼ ਨਾ ਹੋਵੇ, ਕੁਦਰਤ ਜੋ ਕਰਦੀ ਹੈ ਚੰਗੇ ਵਾਸਤੇ ਕਰਦੀ, ਇਹਦੇ ਤੋਂ ਵੱਡਾ ਕੋਈ ਐਗਜ਼ਾਮਪਲ ਨਹੀਂ ਹੈ ਬਾਬਾ। ਦੋ ਚੀਜ਼ਾਂ ਹੋ ਗਈਆਂ, ਇੱਕ ਹਾਰਦੇ ਹਾਰਦੇ ਉਹ ਹਾਰ ਗਏ, ਹਾਂ ਆਪਣੇ ਹਾਰਦੇ ਹਾਰਦੇ ਆਪਣੇ ਜਿੱਤ ਗਏ, ਔਰ ਇੱਥੇ ਮੈਂ ਐਗਜ਼ਾਮਪਲ ਜਿਹੜੀ ਹੁਣ ਨਵੀਂ ਤਾਜ਼ੀ ਹੋਈ ਹੈ ਇਹ ਵੀ ਮੇਰੇ ਸਾਹਮਣੇ ਹੋਈ। ਬਿਲਕੁਲ, ਅਤੇ ਲਾਸਟ ਸਵਾਲ, ਦਰਸ਼ਕਾਂ ਨੂੰ ਇੱਕ ਵਾਰ, ਕਿਉਂਕਿ ਵਰਲਡ ਕੱਪ ਚੱਲ ਰਿਹਾ, ਕੀ ਕਹਿਣਾ ਚਾਹੋਗੇ? ਇੰਡੀਆ ਨੇ ਪਾਕਿਸਤਾਨ ਨੂੰ ਤਾਂ ਹਰਾਤਾ, ਹੁਣ ਟਰੋਫੀ ਬਾਕੀ ਹੈ। ਟਰੋਫੀ ਲਈ ਵੀ ਜਦੋ ਜਹਿਦ ਤਾਂ ਜਾਰੀ ਹੈ ਜੀ, ਕਿਉਂਕਿ ਖਿਡਾਰੀ ਆਪਣੀ ਆਪਣੀ ਜਗ੍ਹਾ 'ਤੇ ਮਿਹਨਤ ਸਾਰੇ ਕਰਦੇ ਨੇ, ਮਗਰ ਕਬੂਲ ਕਿਸ ਦੀ ਹੁੰਦੀ ਹੈ ਇਹ ਤਾਂ ਜਿਵੇਂ ਹੈ ਨਾ, ਕ੍ਰਿਕਟ ਬਾਈ ਚਾਂਸ ਅਤੇ ਫੁੱਟਬਾਲ ਬਾਈ ਡਾਂਸ, ਜਿੰਨਾ ਵਧੀਆ ਖੂਬਸੂਰਤ ਉਹਨੂੰ ਦੇ ਸਕਦਾ ਕਰ ਸਕਦਾ, ਆਪਣੇ ਟੈਕਟਿਕਸ ਜਿਹੜੇ ਇਸਤੇਮਾਲ ਕਰ ਸਕਦਾ, ਹਾਂ ਇਹ ਉਹਨਾਂ ਦੀ ਖਿਲਾੜੀ ਦੀ ਆਪਣੀ ਇੱਕ ਕਾਬਲੀਅਤ ਹੁੰਦੀ ਹੈ, ਉਸ ਕਾਬਲੀਅਤ ਨੂੰ ਮੱਦੇਨਜ਼ਰ ਖੇਡ ਕੇ ਫੇਅਰ ਗੇਮ ਖੇਡਣੀ ਚਾਹੀਦੀ ਹੈ।
ਔਰ ਗੇਮ ਖੇਡਣੀ ਚਾਹੀਦੀ ਹੈ, ਗੇਮ ਨੂੰ ਗੇਮ ਕਰਕੇ ਖੇਡਣਾ ਚਾਹੀਦਾ, ਜਿੱਤ ਹਾਰ ਕਿਸੇ ਨਾ ਕਿਸੇ ਦੀ ਤਾਂ ਹੋਣੀ ਹੈ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਜੀ, ਓ ਬਾਬਾ ਥੈਂਕ ਯੂ। ਤਾਂ ਅਸੀਂ ਗੁਰਦਾਸ ਮਾਨ ਸਾਹਿਬ ਸ਼ੇਰੇ ਪੰਜਾਬ 'ਚ ਪਹੁੰਚੇ ਨੇ, ਪਰਫਾਰਮ ਕਰਨ ਆਪਣੇ ਅੰਦਰ ਸਪੋਰਟਸ ਮੈਨਸਮੈਨ ਜਾਗ ਪੈਂਦਾ, ਔਰ ਇਹੀ ਹਮੇਸ਼ਾ ਇੱਕ ਉਹਨਾਂ ਨੇ ਸੰਦੇਸ਼ ਦਿੱਤਾ ਕਿ ਜਵਾਨੀ ਨੂੰ ਗਰਾਊਂਡਾਂ ਵੀ ਚੰਗੇ ਲੱਗਦੇ ਨੇ, ਖੇਡੋ, ਨਾਮ ਵਧਾਓ ਪੰਜਾਬ ਦਾ ਅਤੇ ਦੇਸ਼ ਦਾ। ਵੀਡੀਓ ਜਰਨਲਿਸਟ ਅਮਨ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਮੋਹਾਲੀ।